جناب سیدہ ختم رسول کی رحمت ہے، جناب سیدہ مولا علی کی عزت ہے، جناب سیدہ مولا علی کی عزت ہے، جناب سیدہ کی تعریف اور کیا ہوگی کہ ان کے قدموں میں حسنین کی بھی جنت ہے۔ مگر دل بھی حسرت
ਤੁਸੀਂ ਮੇਰੇ ਹੱਥ ਦਾ ਪੱਕਾ ਹੋਇਆ ਖਾਣਾ ਖਾਓ। ਪਰ ਮੇਰੇ ਰੱਬ ਦਾ ਤੇਰੀ ਦਾਵਤ ਕਬੂਲ ਹੈ, ਮਗਰ ਮੈਂ ਇਕੱਲਾ ਨਾ ਸਾਂ, ਮੇਰੀ ਧੀ ਵੀ ਮੇਰੇ ਨਾਲ ਹੋ ਸੀ, ਅਲੀ ਵੀ ਮੇਰੇ ਨਾਲ ਹੋ ਸੀ, ਹਸਨ ਤੇ ਹੁਸੈਨ ਵੀ ਮੇਰੇ ਨਾਲ ਹੋ ਸਨ, ਅਸੀਂ ਪੰਜ ਨੂਰ ਇੱਕ ਨੂਰ ਬਣ ਕੇ ਤੇਰੇ ਕੋਲ ਆ ਸਾਂ। ਮੇਰੀ ਗੁਜ਼ਾਰਿਸ਼ ਹੈ ਮਾਵਾਂ ਬਹਿਣਾ ਅੱਗੇ, ਅੱਜ ਪਾਕ ਸਹਿਣ ਦੀ ਤਸ਼ਰੀਫ ਆਪਣੀ ਦਾ ਜਸ਼ਨ ਪਾਕ ਸੁਣਨ ਵਾਸਤੇ ਆਈਓ, ਤੇ ਮਿਹਰਬਾਨੀ ਫਰਮਾ ਕੇ ਆਪਣੀਆਂ ਗੱਲਾਂ ਛੱਡ ਕੇ ਤੇ ਬੀਬੀ ਪਾਕ ਦਾ ਜ਼ਿਕਰ ਸੁਣੋ, ਉੱਚੀ ਸਲਵਾਤ ਪੜੋ ਸਾਰੇ। ਦਾਵਤ ਕਬੂਲ ਹੋ ਗਈ, ਦਿਲ ਮੁਕਰਰ ਹੋ ਗਿਆ, ਬਸ ਗੱਲ ਮੇਰੀ ਹੋ ਗਈ। ਸਰਕਾਰੇ ਦੋ ਆਲਮ ਉਸੇ ਦਿਨ ਨਮਾਜ਼ ਤੋਂ ਫਾਰਗ ਹੋ ਕੇ ਬਾਲਾ ਜੀ ਜੀ ਦੇ ਘਰ ਤਸ਼ਰੀਫ ਲਈ। ਮੇਰੇ ਮਾਣ ਵੱਲ ਉਹ ਗੱਲ ਦੋਹਰਾਈ, ਹਸਨੈਨ ਦੀ ਅੰਮਾ ਅਗਰ ਤੇਰੀ ਇਜਾਜ਼ਤ ਹੋਵੇ ਤੇ ਮੈਂ ਮੁਹੰਮਦ ਤੇਰੇ ਵਿਹੜੇ 'ਚ ਆਵਾਂ। ਬਾਹਰ ਆਲ ਸਰਕਾਰੇ ਦੋ ਆਲਮ ਜੀ ਦੇ ਘਰ ਤਸ਼ਰੀਫ ਫਰਮਾ। ਥੋੜ੍ਹੀ ਦੇਰ ਬਾਅਦ ਸਰਕਾਰੇ ਨੇ ਵੀ ਤਸ਼ਰੀਫ ਦੇਣੀ, ਥੋੜ੍ਹੀ ਦੇਰ ਬਾਅਦ ਹਸਨੈਨ ਸ਼ਰੀਫ ਹੈ, ਹਸਨੈਨ ਕਰੀਮ ਹੈ, ਤਸ਼ਰੀਫ ਬੇਬੇ ਫਿਰਦਾ ਨੇ ਕਿਹਾ ਜੋ ਸਾਰੇ ਇਕੱਠੇ ਹੋ ਗਏ, ਹੁਣ ਮੈਂ ਖਾਣੇ ਦਾ ਇੰਤਜ਼ਾਮ ਕਰਾਂ। ਗੱਲ ਦੇ ਵਿੱਚ ਨਾ ਦਾਵਤ ਹੈ ਨਾ, ਬੇਬੇ ਫਿਰਦਾ ਇਰਾਦਾ ਕੀਤਾ ਕਿ ਮੈਂ ਖਾਣੇ ਦਾ ਇੰਤਜ਼ਾਮ, ਬਸ ਮੈਂ ਇਹਦੇ ਵਿੱਚ ਤੁਹਾਨੂੰ ਪਾਕ ਸਹਿਣ ਦੀ ਲਜਬਾਲੀ ਸੁਣਾ। ਬੇਬੇ ਫਿਰਦਾ ਅੰਦਰ ਆ ਸੀ, ਬੀਬੀ ਫਿਰਦਾ ਨੇ ਮੁਸੱਲਾ ਚਾਇਆ ਜ਼ਮੀਨ ਦੇ ਵਿੱਚ ਆਈ, ਬੀਬੀ ਫਿਰਦਾ ਮੁਸੱਲੇ ਦੇ ਵਿੱਚ, ਇਵੇਂ ਬੀਬੀ ਫਿਰਦਾ ਨੇ ਛੋਲੀ ਚਾਈ ਆਸਮਾਨ ਦੇ ਪਾਸੇ ਮੂੰਹ ਕਰਕੇ, ਮੇਰੇ ਮਾਲਿਕ ਮੇਰੇ ਖਾਲਿਕ ਚਾਹੇ ਕੋਵਾ ਝੋਲੀ ਦਾ ਤੇ ਜੈਨੇ ਵਿੱਚ ਹਸਨੈਨ ਮੈਂ ਪਾਲੇ, ਮਿਹਰਬਾਨੀ ਜੀ ਬੀਬੀ ਵਿਦਾ ਨੇ ਝੋਲੀ ਜੀ ਮੈਂ ਬੀਬੀ ਵਿਦਾ ਨੇ ਝੋਲੀ ਜਾਈ ਆਸਮਾਨ ਦੇ ਪਾਸੇ ਮੂੰਹ ਕਰ ਗਿਆ, ਤੇ ਮੇਰੇ ਮਾਲਿਕ ਮੇਰੇ ਖਾਲਿਕ ਤੇ ਗੁਲਵਾ ਜਿਹਦੇ ਵਿੱਚ ਹਸਨੈਨ ਮੈਂ ਪਾਲੇ, ਮੈਨੂੰ ਸਮਝ ਕੇ ਦਾਈ ਜ਼ਹਰਾ ਦੀ ਮੇਰਾ ਕਰ ਮਨਜ਼ੂਰ ਸਵਾਲੇ, ਜਗਨੇ ਬੀਬੀ ਬਾਪ ਦਾ ਜਸ਼ਨ ਮਨਾ ਰਹੇ, ਮੈਨੂੰ ਸਮਝ ਕੇ ਦਾਈ ਜ਼ਹਰਾ ਦੀ ਮੇਰਾ ਕਰ ਮਨਜ਼ੂਰ ਸਵਾਲ, ਕਿਹੜਾ ਸਵਾਲ, ਬੀਬੀ ਬਿੱਦਾ ਦੀ ਆਵਾਜ਼ ਆਦੀ ਮੇਰੇ ਮਾਲਿਕ ਮੇਰੇ ਖਾਲਿਕ ਅੱਜ ਫੇਰ ਆਪਣੇ ਜਾਨ ਦੇ ਨਾਲ ਜੋ ਮੈਂ ਦਾਵਤ ਤੇ ਆਏ ਬੈਠੇ ਕਾਇਨਾਤ ਦੇ ਪੰਜ ਲਜਬਾ